ਰਮਨ ਡੀਐਸਪੀ ਸਾਹਿਬ ਕੀ ਹੈਗਾ ਜਿਹੜਾ ਉਰੇ ਤੁਸੀਂ ਇੱਕ ਸਰੂਗਾ ਜੀਆਂ ਫੜੀਆਂ ਨੇ ਇਹਨਾਂ ਵਿੱਚ ਕੀ ਹੁੰਦਾ ਸੀਗਾ ਜੀ? ਦੇਖੋ ਇਹ ਪਿਛਲੇ ਨਾ ਕਈ ਦਿਨਾਂ ਤੋਂ ਸਾਡੇ ਸਬ ਡਿਵੀਜ਼ਨ 'ਚ ਬਾਹਰ ਖੇਤਾਂ 'ਚ ਜਿਹੜੀਆਂ ਜ਼ਿਮੀਂਦਾਰਾਂ ਨੇ ਮੋਟਰਾਂ ਲਾਈਆਂ ਉਹ ਚੋਰੀ ਹੋ ਰਹੀਆਂ ਸੀ। ਉਸ ਚੀਜ਼ ਨੂੰ ਜਿਹੜਾ ਕਈਆਂ ਦਿਨਾਂ ਤੋਂ SHO ਸਮਰਾਲਾ ਮਾਛੀਵਾੜਾ ਲੱਗੇ ਹੋਏ ਸੀ, ਕੱਲ੍ਹ SHO ਸਮਰਾਲਾ ਭਿੰਦਰ ਸਿੰਘ ਜਿਹੜੇ ਮੇਰੇ ਨਾਲ ਖੜ੍ਹੇ ਨੇ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਘਰ ਦੇ ਵਿੱਚ ਕੁਛ ਇੱਦਾਂ ਦਾ ਕੰਮ ਹੁੰਦਾ। ਸੋ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਨੇ ਕੱਲ੍ਹ ਰੇਡ ਕੀਤਾ ਅਤੇ ਜਿਹੜਾ ਤੁਹਾਨੂੰ ਹੁਣ ਅਸੀਂ ਸੁਰੰਗ ਦਿਖਾ ਰਹੇ ਹਾਂ ਇਹਦੇ ਵਿੱਚੋਂ ਕੱਲ੍ਹ ਅਸੀਂ ਚੋਰੀਸ਼ੁਦਾ ਮੋਟਰਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ। ਇਹ ਕੀ ਕਰਦੇ ਸੀ, ਮੋਟਰ ਚੋਰੀ ਕਰਦੇ ਸੀ, ਇੱਥੇ ਲਿਆ ਕੇ ਰੱਖ ਕੇ ਆਪ ਅੰਦਰ ਵੜ ਜਾਂਦੇ ਸੀ। ਇਹਨਾਂ ਦੀ ਜਿਹੜੀ ਮਦਰ ਹੈ ਉਹ ਇਹਨਾਂ ਦੇ ਨਾਲ ਮਿਲੀ ਹੋਈ ਸੀ, ਟੈਂਪਰੇਰੀ ਇੱਟਾਂ ਨਾਲ ਉਹ ਉਨੀ ਕੁ ਜਗ੍ਹਾ ਬੰਦ ਕਰ ਦਿੰਦੀ ਸੀ। ਤੁਸੀਂ ਦੇਖਿਆ ਹੋਣਾ ਹਾਰਡਲੀ 2 ਫੁੱਟ ਦੀ ਹੈ, ਜਿਹੜਾ ਥੋੜ੍ਹਾ ਜਿਹਾ ਵੀ ਭਾਰਾ ਬੰਦਾ ਸਰੀਰ ਦਾ ਉਹ ਅੰਦਰ ਨਹੀਂ ਵੜ ਸਕਦਾ, ਤਾਂ ਉਹ ਬਾਹਰੋਂ ਇੱਟਾਂ ਲਾ ਦਿੰਦੀ ਸੀ। ਉਹ ਅੰਦਰ ਵੜ ਕੇ ਉੱਥੇ ਉਹਦੇ ਵਿੱਚ ਮੋਟਰਾਂ ਸਾਰੀਆਂ ਖੋਲ੍ਹ ਕੇ ਕੋਪਰ ਵੱਖਰਾ ਕਰ ਲੈਂਦੇ ਸੀ ਅਤੇ ਬੋਡੀ ਜਿਹੜੀ ਆ ਉਹ ਵੱਖਰੀ ਕਰ ਲੈਂਦੇ ਸੀ। ਇੱਥੋਂ ਫਿਰ ਉਹ ਅੱਗੇ ਕੁਆੜੀਆਂ ਨੂੰ ਜਿਹੜਾ ਵੇਚਦੇ ਸੀ ਸਮਾਨ, ਤਾਂਬਾ ਕਿਤੇ, ਬੋਡੀਆਂ ਕਿਤੇ। ਔਰ ਤੁਸੀਂ ਇਸ ਸੁਰੰਗ ਦੇ ਨਾਲ ਨਾਲ ਦੇਖਿਆ ਹੋਣਾ ਇਹ ਕਿਹਨਾਂ ਦਾ ਕਮਰਾ ਢੱਠਾ ਜਿਹਾ, ਇਹਦੇ ਵਿੱਚ ਵੀ ਇੱਕ ਨਵੀਂ ਸੁਰੰਗ ਬਣ ਰਹੀ ਹੈ ਜਿਹੜੀ ਕਿ ਕੱਲ੍ਹ ਅਸੀਂ ਦੇਖੀ ਸੀ, ਉਹਦੇ ਵਿੱਚ ਚਿੱਟੇ ਵਗੈਰਾ ਸੱਟੇ ਨੇ। ਇਹ ਇਹਨਾਂ ਦੇ ਕੋਲੋਂ ਹੁਣ ਤੱਕ ਅਸੀਂ ਜਿਹੜੀਆਂ ਕੱਲ੍ਹ ਜਦੋਂ ਗ੍ਰਿਫਤਾਰ ਕੀਤੇ ਨੇ 7 ਮੋਟਰਾਂ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਚੁੱਕੇ ਹਾਂ, ਇਨਵੈਸਟੀਗੇਸ਼ਨ ਚੱਲਦੀ ਹੈ, ਬਾਕੀ ਤੁਹਾਨੂੰ ਸਾਰਾ ਉੱਥੇ ਜਾ ਕੇ ਦੱਸ। ਸਰ ਕਿੰਨੇ ਕੁ ਕੀਮਤ ਦੀਆਂ ਜਿਹੜੀਆਂ ਸੀਗੀਆਂ ਅਤੇ ਇਹ ਜਿਹੜੇ ਕੁਆੜੀਏ ਨੇ ਕਿਹੜੇ ਸੀਗੇ ਜਿਹਨਾਂ ਨੂੰ ਇਹ ਵੇਚਦੇ ਸੀ? ਇਹ ਜਿਹੜੇ ਕੁਆੜੀਏ ਨੇ ਉਹ ਵੀ ਫੜੇ ਹੋਏ ਨੇ, ਅਸੀਂ ਗ੍ਰਿਫਤਾਰ ਹੋ ਚੁੱਕੇ ਨੇ ਔਰ ਮੈਂ ਤੁਹਾਨੂੰ ਪੁਲਿਸ ਸਟੇਸ਼ਨ ਪਹੁੰਚ ਕੇ ਉਹਨਾਂ ਦੇ ਬਾਰੇ ਦੱਸਦਾ। ਔਰ ਜਿਹੜੀ ਇਹ ਮੋਟਰ ਹੈ ਇਹ ਤਕਰੀਬਨ 15 ਤੋਂ 20 ਹਜ਼ਾਰ ਰੁਪਏ 'ਚ ਜ਼ਿਮੀਂਦਾਰ ਨੂੰ ਮਿਲਦੀ ਹੈ, ਤਾਂ ਇਹ ਖੋਲ੍ਹ ਕੇ ਤਾਂਬਾ ਵੱਖਰਾ ਕਰਕੇ ਬੋਡੀ ਜਿਹੜੀ ਵੱਖਰੀ। ਸਰ ਹੁਣ ਕੋਈ ਹੋਰ ਵੀ ਸਾਹਮਣੇ ਆਇਆ ਵੀ ਇਹਨਾਂ ਨੇ ਕਿੰਨੀਆਂ ਹੁਣ ਤੱਕ ਜਿਹੜੀਆਂ ਚੋਰੀਆਂ ਕਰ ਚੁੱਕੇ ਨੇ? ਦੇਖੋ ਇਹ ਜਿਹੜਾ ਕੁਆੜੀਆ ਫੜਿਆ ਗਿਆ ਇਹ ਅੱਜ ਤੋਂ 6-7 ਮਹੀਨੇ ਪਹਿਲਾਂ ਵੀ ਚੋਰੀ ਦੇ ਮੁਕੱਦਮੇ 'ਚ ਫਿਗਰ ਹੋਇਆ ਸੀ, ਤਾਂ ਉਦੋਂ ਇਹਨੇ ਕੋਰਟ ਤੋਂ ਇੰਟਰਮ ਬੇਲ ਕਰਾ ਲਈ, ਜਿਹਦੇ ਕਰਕੇ ਇਹਨਾਂ ਦੇ ਹੌਂਸਲੇ ਵੱਧ ਗਏ ਵੀ ਪੁਲਿਸ ਕੁਛ ਨਹੀਂ ਵਿਗਾੜ ਸਕਦੀ। ਤਾਂ ਇਹ ਪਿਛਲੇ 6-7 ਮਹੀਨੇ ਤੋਂ ਇਹ ਕਰਦੇ ਨੇ, ਘੱਟੋ ਘੱਟ ਮੇਰਾ ਖਿਆਲ ਇਹ 100 ਦੇ ਕਰੀਬ ਮੋਟਰਾਂ ਖੋਲ੍ਹ ਚੁੱਕੇ ਹੋਣਗੇ। ਅਜੇ ਉਹ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ, ਜਿਵੇਂ ਜਿਵੇਂ ਅੱਗੇ ਖੁਲਾਸਾ ਹੋਵੇਗਾ। ਰਿਮਾਂਡ ਵਗੈਰਾ ਲਿਆ ਤੁਸੀਂ? ਨਹੀਂ, ਅਜੇ ਤਾਂ ਕੱਲ੍ਹ ਹੀ ਗ੍ਰਿਫਤਾਰ ਕੀਤੇ ਨੇ ਸ਼ਾਮ ਨੂੰ, ਅੱਜ ਅਸੀਂ ਅਜੇ ਕੋਰਟ 'ਚ ਪੇਸ਼ ਕਰਾਂਗੇ, ਪੇਸ਼ ਕਰਕੇ ਰਿਮਾਂਡ ਲਓ। ਸਰ ਹੋਰ ਗ੍ਰਿਫਤਾਰੀਆਂ ਦੇ ਵਿੱਚ 4 ਹੋਈਆਂ। ਸਰ ਕੀ ਆਸ ਲੱਗਦੀ ਹੈ ਵੀ ਹੋਰ ਇਹਨਾਂ ਤੋਂ ਕਿੰਨੀਆਂ ਜਿਹੜੀਆਂ ਮੋਟਰਾਂ ਜਾਂ ਹੋਰ ਜਿਹੜਾ ਹੋਰ ਵੀ ਕੋਈ ਸਮਾਨ ਜਿਹੜਾ ਕਰਦੇ ਨੇ ਮੋਟਰਾਂ ਤੋਂ ਬਿਨਾਂ ਚੋਰੀ ਦਾ? ਇਹ ਜਿੰਨੀਆਂ ਵੀ ਮੋਟਰਾਂ ਜਾਂ ਸਮਾਨ ਚੋਰੀ ਕਰਦੇ ਨੇ 1-2 ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰਾ ਰਿਕਵਰ ਕਰਾਂਗੇ। ਇਹ ਜਿਹੜੇ ਕੁਆੜੀਏ ਫੜੇ ਨੇ ਇਹ ਵੀ ਅੱਗੇ ਜਿੱਥੇ ਵੇਚਦੇ ਆ ਉਹਨਾਂ 'ਤੇ ਵੀ ਰੇਡ ਕਰਕੇ ਉਹਨਾਂ ਨੂੰ ਗ੍ਰਿਫਤਾਰ